WTO ਨੂੰ ਲੈ ਕੇ ਜਿਹੜੇ ਸਾਰੇ ਕਿਸਾਨ ਨੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਡਟੇ ਹੋਏ ਨੇ, ਪਰ BKU ਗਰਾਹਾਂ ਵੱਲੋਂ ਵੀ ਅੱਜ ਵੱਡਾ ਪ੍ਰੋਟੈਸਟ ਹੈ ਜਿਹੜਾ ਕੀਤਾ ਗਿਆ। ਸਾਡੇ ਨਾਲ ਜੋਗਿੰਦਰ ਸਿੰਘ ਗਰਾਹਾਂ ਜੋ ਕਿ ਸੂਬਾ ਪ੍ਰਧਾਨ ਨੇ BKU ਗਰਾਹਾਂ ਦੇ, ਉਹ ਬੈਠੇ ਆ, ਉਹਨਾਂ ਨਾਲ ਗੱਲ ਕਰਦੇ ਆ। ਪ੍ਰਧਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ PTC ਤੇ। ਧੰਨਵਾਦ ਜੀ, ਧੰਨਵਾਦ। ਗਰਾਹ ਸਾਹਿਬ, ਜੇ ਗੱਲ ਕੀਤੀ ਜਾਵੇ ਅੱਜ ਜਿਹੜਾ ਟਰੈਕਟਰ ਮਾਰਚ ਕੀਤਾ ਗਿਆ ਸੀ ਪੂਰੇ ਭਾਰਤ ਦੇ ਵਿੱਚ, ਇਹ ਜਿਹੜਾ ਪ੍ਰੋਟੈਸਟ ਕੀਤਾ ਗਿਆ, ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਲੋਕ ਅਫਵਾਹਾਂ ਸੋਸ਼ਲ ਮੀਡੀਆ 'ਤੇ ਬੜੀਆਂ ਅਫਵਾਹਾਂ ਚੱਲਦੀਆਂ ਨੇ ਕਿ ਜਿਹੜੀ ਜਥੇਬੰਦੀਆਂ ਨੇ ਉਹ ਦੁਫਾੜ ਹੋ ਗਈਆਂ ਨੇ, ਉਹਦੇ ਬਾਰੇ ਕੀ ਕਹਿਣਾ ਤੁਹਾਡਾ? ਕਿੱਦਾਂ ਦਾ ਜਿਹੜਾ ਮਾਹੌਲ ਬਣਿਆ, ਕਿਉਂਕਿ ਜਥੇਬੰਦੀਆਂ ਨਾਲ ਤੁਸੀਂ ਵੀ ਰਾਬਤਾ ਰੱਖ ਰਹੇ ਹੋ ਲਗਾਤਾਰ, ਅਤੇ ਹੁਣ ਜਿਹੜਾ ਕੀ ਮਾਹੌਲ ਬਣਨ ਜਾ ਰਿਹਾ ਅੱਗੇ? ਦੇਖੋ, ਜਿਹੜਾ ਤਾਂ ਹੈਗਾ ਟਰੈਕਟਰ ਮਾਰਚ ਦਾ, ਵਿਸ਼ਵ ਭਰ ਸੰਸਥਾ ਦੀਆਂ ਅੱਜ ਆਪਾਂ ਅਸਤੀਆਂ ਫੂਕੀਆਂ ਨੇ। ਅੱਜ 26 ਤਰੀਕ ਹੈ, ਜਿਹਨਾਂ ਦੀ ਮੀਟਿੰਗ ਸ਼ੁਰੂ ਹੋਈ ਹੈ ਅਬੂਧਾਬੀ ਦੇ ਵਿੱਚ। ਉਹਦੇ ਜਿਹੜੀਆਂ ਨੀਤੀਆਂ ਉਹ ਲੈ ਕੇ ਆ ਰਹੇ ਨੇ, ਜਿਵੇਂ ਆਪਣੇ ਮੰਡੀ ਹੈ ਜਿਹੜੀ ਪ੍ਰਾਈਵੇਟ ਦੇ ਹਵਾਲੇ ਕਰਨਾ, ਕਾਰਪੋਰੇਟ ਦੇ ਹਵਾਲੇ ਕਰਨਾ, ਪਬਲਿਕ ਸੈਕਟਰ ਕਾਰਪੋਰੇਟ, ਨਵੀਆਂ ਨੀਤੀਆਂ ਦੇ ਨਿੱਜੀਕਰਨ ਨਵੀਨੀਕਰਨ ਸੰਸਾਰੀਕਰਨ ਦੀਆਂ, ਉਹਨਾਂ ਨੀਤੀਆਂ ਦੇ ਤਹਿਤ ਇਸ ਵਿਰੋਧ 'ਚੋਂ ਇਹ ਪ੍ਰੋਟੈਸਟ ਪੂਰੇ ਭਾਰਤ 'ਚ ਕੀਤਾ, ਅਤੇ ਅਸੀਂ ਵੀ ਸਾਰੇ ਪੰਜਾਬ 'ਚ ਕੀਤਾ, ਭਾਰਤ ਦੂਜੀਆਂ ਸਟੇਟਾਂ ਦੇ ਵਿੱਚ SKM ਦੀ ਕਾਲ ਸੀ ਇਹ, ਜਿਹੜੇ ਅੱਜ ਪ੍ਰੋਟੈਸਟ ਦੇ ਰੂਪ 'ਚ ਕੀਤੀ ਹੈ। ਜਿੱਥੋਂ ਤੱਕ ਇਹ ਸਵਾਲ ਹੈ ਵੀ ਜਥੇਬੰਦੀਆਂ ਆਪਸ ਵਿੱਚ ਵੰਡੀਆਂ ਗਈਆਂ, ਫੁੱਟ ਪੈ ਗਿਆ ਜਾਂ ਫਲਾਣਾ ਪੈ ਗਿਆ, ਇਹੋ ਜਿਹਾ ਤਾਂ ਹੁੰਦਾ ਹੀ ਆ। ਅਸੀਂ ਅੱਡ ਅੱਡ ਪਹਿਲਾਂ ਹੀ ਜਥੇਬੰਦੀਆਂ ਅੱਡ ਅੱਡ ਨੇ, ਇੱਥੇ ਅੱਡ ਅੱਡ ਜਥੇਬੰਦੀਆਂ, ਕਦੇ ਕਦੇ ਐਕਸ਼ਨ ਪ੍ਰੋਗਰਾਮਾਂ 'ਤੇ ਕੋਈ ਨਾ ਕੋਈ ਫਰਕ ਪੈ ਜਾਂਦਾ, ਕੋਈ ਕਿਤੇ ਲੜ ਰਿਹਾ, ਕੋਈ ਕਿਤੇ ਲੜ ਰਿਹਾ। ਲੜ ਜਾਣੀ ਮੁੱਦੇ ਉਹਨਾਂ ਦੇ ਸਾਰਿਆਂ ਦੇ ਸਾਂਝੇ ਹੀ ਆ ਜੀ। ਅਸੀਂ ਇਹ ਸਮਝਦੇ ਹਾਂ ਬਸ ਇੱਕ ਗੱਲ ਦੀ ਬੱਚਤ ਰੱਖੀ ਜਾਵੇ ਵੀ ਲੜੋ ਭਾਵੇਂ ਕੋਈ ਕਿਸੇ ਤਰੀਕੇ ਨਾਲ ਵੀ, ਕੋਈ ਕਿਸੇ ਦਾ ਮੋਰਚਾ, ਕਿਸੇ ਨੇ ਦਿੱਲੀ ਲਾਉਣਾ, ਚੰਡੀਗੜ੍ਹ ਲਾਉਣਾ, ਕਿਸੇ ਨੇ DC ਦਫ਼ਤਰ ਚਲਾਉਣਾ, ਉਹ ਲਾ ਲਓ ਤੁਸੀਂ, ਪਰ ਇੱਕ ਦੂਜੀ ਜਥੇਬੰਦੀ 'ਤੇ ਜਿਹੜੀ ਆ ਆਪਣਾ ਅਟੈਕ ਵਾਲੀ ਗੱਲ ਨਾ ਲਿਆਓ ਮੋਰਚਿਆਂ 'ਚ। ਇਸ ਗੱਲ ਦਾ ਸਾਰੀਆਂ ਜਥੇਬੰਦੀਆਂ ਸੋਚਦੀਆਂ ਨੇ ਵੀ ਇਹਦੀ ਮੁੜ ਕੇ SKM ਦਾ ਜੀ ਦੀ ਉਹ ਜਿਹੜੀ ਬਣਤਰ ਸੀ ਦਿੱਲੀ ਵਾਲੀ SKM ਦੀ, ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਅਤੇ ਚੱਲ ਜੇ ਉਹ ਨਹੀਂ ਬਣਦੀ ਤਾਂ ਉਦੋਂ ਘੱਟ ਬਣ ਜੂ। ਏਕਤਾ ਕਰਨ ਦਾ ਪ੍ਰੋਸੈਸ ਹੈ ਜਿਹੜਾ, ਵੀ ਉਹ ਚਲਾਉਣਾ ਚਾਹੀਦਾ, ਸਾਰੇ ਤਾਂ ਪੋਜ਼ਿਟਿਵ ਸੋਚਦੇ ਆ, ਅਤੇ ਅਸੀਂ ਵੀ ਉਹਦੇ ਉਪਰਾਲੇ ਵਿੱਚੋਂ ਚੱਲੇ ਹੋਏ। ਗੁਰਾ ਸਾਹਿਬ, ਜਿਵੇਂ ਏਕਤਾ ਬਣਾਉਣ ਦੀ ਗੱਲ ਕੀਤੀ ਗਈ ਹੈ, ਕਿਉਂਕਿ ਜਿਹੜੇ ਇਹ ਲੱਗ ਰਿਹਾ ਲੋਕਾਂ ਦੀ ਜਿਹੜੀ ਪਿੰਡਾਂ ਦੇ ਵਿੱਚ ਜਿਹੜੀ ਲੋਕ ਜਥੇਬੰਦੀ ਦਾ ਹਿੱਸਾ ਨਹੀਂ ਹੈਗੇ, ਕਿਉਂਕਿ ਉਹ ਆਮ ਗੱਲਾਂ ਕਰਦੇ ਆ ਕਿ ਕਿਸਾਨਾਂ ਨੂੰ ਇਕੱਠੇ ਹੋਣਾ ਚਾਹੀਦਾ, ਕਿਉਂਕਿ ਲੜਾਈ ਸਾਡੀ ਸਾਰਿਆਂ ਦੀ ਇੱਕ ਹੈ ਅਤੇ ਉਹੀ ਮੰਗਾਂ ਨੇ ਸਾਡੀਆਂ, ਉਸ ਨੂੰ ਲੈ ਕੇ ਕਿਤੇ ਨਾ ਕਿਤੇ ਚਰਚਾ ਜਿਹੜੀ ਸੋਸ਼ਲ ਮੀਡੀਆ 'ਤੇ ਬੜੀ ਗਲਤ ਫੈਲਾਈ ਜਾ ਰਹੀ ਆ, ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਹਰ ਇੱਕ ਬੰਦੇ ਦਾ ਜਿਹੜੀ ਥਿੰਕਿੰਗ ਆ ਉਹ ਵੱਖਰੀ ਹੁੰਦੀ ਹੈ, ਸੋਚ ਵੱਖਰੀ ਹੁੰਦੀ ਹੈ, ਉਸ ਨੂੰ ਬੜਾ ਗਲਤ ਢੰਗ ਨਾਲ ਉਚਾਰਿਆ ਜਾ ਰਿਹਾ, ਕਿਉਂਕਿ ਉਹ ਕਹਿ ਰਿਹਾ ਕਿ ਗਰਾਹਾਂ ਜਾਂ ਹੋਰ ਜਿਹੜਾ ਸੰਯੁਕਤ ਮੋਰਚਾ ਹੈ ਉਹ ਅੱਗੇ ਨਹੀਂ ਵੱਧ ਰਿਹਾ ਅਤੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਣ ਜਾ ਰਿਹਾ। ਦੇਖੋ, ਐਸ ਤਾਂ ਜਿੰਨੇ ਮੂੰਹ ਉਨੀਆਂ ਗੱਲਾਂ ਜੀ, ਇਹ ਬਹੁਤ ਸੌਖਾ ਕਹਿਣਾ ਵੀ ਸਾਰੇ ਦੇ ਸਾਰੇ ਇੱਕ ਝੰਡੇ ਤੋਂ, ਬਹੁਤ ਸੌਖਾ ਕਹਿਣਾ, ਇਸ ਤਰ੍ਹਾਂ ਨਹੀਂ ਹੋਇਆ ਜਾ ਸਕਦਾ। ਆਪਾਂ ਜਿੰਨੇ ਬੈਠੇ ਹਾਂ, ਇਹਦੇ 'ਚੋਂ ਕੋਈ ਸਰਪੰਚ ਦੀ ਚੋਣ ਲੜਨੀ ਚਾਹੁੰਦਾ, ਕੋਈ MLA ਦੀ ਚੋਣ ਲੜਨੀ ਚਾਹੁੰਦਾ ਜੀ, ਅਤੇ ਕੋਈ ਇਹੋ ਜਿਹਾ ਵੀ ਉਹ ਹਿੱਸਾ ਹੋਊ ਜਿਹੜਾ ਚੋਣ ਹੀ ਨਹੀਂ ਲੜਦਾ, ਐਂ ਜਥੇਬੰਦੀਆਂ 'ਚ ਕੋਈ ਚੋਣਾਂ ਲੜਦੀਆਂ ਨੇ, ਕੋਈ ਨਹੀਂ ਲੜਦੀਆਂ, ਕੋਈ ਕਾਰਪੋਰੇਟ ਨੂੰ ਮੁੱਖ ਤੌਰ 'ਤੇ ਨਿਸ਼ਾਨਾ ਬਣਾਉਂਦੀਆਂ ਨੇ, ਕੋਈ ਆੜ੍ਹਤੀਆਂ ਨੂੰ ਮੁੱਖ ਤੌਰ 'ਤੇ ਨਿਸ਼ਾਨਾ ਬਣਾਉਂਦੀਆਂ ਨੇ। ਇਹ ਅਸਲ 'ਚ ਮੁੱਦਿਆਂ ਦੇ ਵਿੱਚ ਉਹਨਾਂ ਨੇ ਦੁਸ਼ਮਣ ਨੂੰ ਕਿਹੜੇ ਨੂੰ ਮੰਗਣਾ, ਕਿਹੜੀ ਨੂੰ ਸਿਹਤ ਕਰਨੀ ਆ, ਕਿਹੜੀ ਮੰਗ ਕਿਹੜੀ ਨਾਲ ਆਧਾਰਿਤ ਹੈਗੀ ਆ, ਐਕਸ਼ਨਾਂ ਦੇ ਵੀ ਫਰਕ ਪੈਂਦੇ ਨੇ, ਐਂ ਬਖਰੇਵੇਂ ਹੈਗੇ ਨੇ। ਸਧਾਰਨ ਬੰਦਿਆਂ ਨੂੰ ਸੌਖਾ ਕਹਿਣਾ ਵੀ ਯਾਰ ਤੁਸੀਂ ਸਾਰੇ ਇੱਕ ਝੰਡੇ ਤਲੇ ਇਕੱਠੇ ਹੋ ਜਾਓ, ਫਿਰ ਤਾਂ ਇਹ ਵੀ ਕਹਿਣਾ ਸਿਆਸੀ ਪਾਰਟੀਆਂ ਨੂੰ ਵੀ ਤੁਸੀਂ ਸਾਰੀਆਂ ਸਿਆਸੀ ਪਾਰਟੀਆਂ ਕਾਹਤੋਂ ਅੱਡ ਅੱਡ ਝੰਡੇ ਚੱਕੀ ਫਿਰਦੇ ਹੋ, ਤੁਸੀਂ ਵੀ ਸਾਰੀਆਂ ਇਕੱਠੀਆਂ ਹੋ ਜਾਓ। ਨਹੀਂ ਨਹੀਂ ਐਂ ਇਕੱਠੇ ਕਰਨਾ ਲੋਕਾਂ ਨੂੰ ਔਖਾ, ਪੋਲਸੀ ਦੇ ਆਧਾਰ 'ਤੇ ਚੱਲਦੇ ਹਾਂ। ਅਸੀਂ ਤਾਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਵੀ ਅੱਡ ਅੱਡ ਵਿਚਾਰਾਂ ਦੀਆਂ ਜਥੇਬੰਦੀਆਂ ਬਣਾਉਣ ਦਾ ਹਰ ਅਧਿਕਾਰ ਹੈ, ਤਰੀਕੇ ਵੀ ਨੇ ਅੱਡ ਅੱਡ ਲੜਨ ਦੇ। ਜਦੋਂ ਇਹ ਹਾਲਤਾਂ ਹੁੰਦੀਆਂ ਨੇ ਨਾ, ਉਦੋਂ ਇਹ ਹਾਲਤਾਂ ਦੇ ਵਿੱਚ ਕਿਸੇ ਨੂੰ ਵੀ ਦੇ ਅਧਿਕਾਰ ਨੂੰ ਖੋਣ ਦਾ ਕਿਸੇ ਨੂੰ ਅਧਿਕਾਰ ਨਹੀਂ।
ਜਿਹੜਾ ਹੁਣ ਸਾਥੀਆਂ ਦੇ ਕਹਿ ਰਹੇ ਨੇ ਵੀ ਉਹ ਗ੍ਰਾਂਹਾਂ ਵਾਲੇ ਨਹੀਂ ਜਾਂਦੇ, ਸੰਯੁਕਤ ਮੋਰਚਾ ਨਹੀਂ ਜਾਂਦਾ, ਤੁਸੀਂ ਦੱਸੋ ਕਦੋਂ ਗੈਰ ਹਾਜ਼ਰ ਹੋਏ ਨੇ ਸਾਰੇ? ਇਸ ਵੇਲੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਅੱਜ ਐਕਟਿਵ, ਪਹਿਲਾਂ 23 ਨੂੰ ਐਕਟਿਵ, ਉਦੋਂ ਪਹਿਲਾਂ 15 ਨੂੰ ਐਕਟਿਵ, ਅੱਜ ਤਾਂ ਨਾ ਜਾਨੀ ਸੂਰਾ ਸਾਰਾ ਭਾਰਤ ਸੜਕਾਂ 'ਤੇ ਖੜ੍ਹ ਬੈਠਾ। ਗ੍ਰਾਂ ਸਾਹਿਬ ਇੱਕ ਸਵਾਲ ਹੈ ਜਿਹੜਾ ਮੇਨ ਮਤਲਬ ਕਿ ਚੱਲ ਰਿਹਾ ਹੈ, ਵੀ ਬੜਾ ਜ਼ਰੂਰੀ ਹੈ ਕਿਉਂਕਿ ਸੁਭ ਕਰਨ ਦੀ ਉੱਥੇ ਮੌਤ ਹੋ ਜਾਂਦੀ ਹੈ ਗੋਲੀ ਲੱਗਣ ਦੇ ਕਾਰਨ, ਪਰ ਹੁਣ ਜਿਹੜਾ ਮਸਲਾ ਉੱਠਿਆ ਹੋਇਆ ਉੱਥੇ, ਹਰਿਆਣਾ ਸਰਕਾਰ ਕਹਿ ਰਹੀ ਹੈ ਕਿ ਇਹ ਸਾਡੀ ਹਦੂਦ ਦੇ ਅੰਦਰ ਸੀ, ਵੀ ਸਾਡੀ ਉਹਦੇ ਹੱਦ ਦੇ ਅੰਦਰ ਆ ਕੇ ਅਸੀਂ ਅਟੈਕ ਕੀਤਾ, ਉੱਧਰ ਆ ਰਹੇ ਸੀ, ਅਤੇ ਦੂਜੇ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿ ਰਹੀ ਹੈ ਜੀ ਬਿਲਕੁਲ ਹਰਿਆਣੇ ਦੀ ਅਸੀਂ ਉਹਨਾਂ ਚਿਰ ਅਸੀਂ FIR ਲਾਂਚ ਨਹੀਂ ਕਰ ਸਕਦੇ। ਕਿੰਨੇ ਹਫ਼ਤੇ ਤੋਂ ਉੱਤੇ ਹੋ ਗਿਆ ਅਤੇ ਉਹ ਸੁਭ ਕਾਰਨ ਦੀ ਜਿਹੜੀ ਡੈੱਡ ਬੋਡੀ ਹੈ ਉਹ ਮੋਚਰੀ ਦੇ ਵਿੱਚ ਪਈ ਹੈ, ਉਹਨੂੰ ਕਿਵੇਂ ਦੇ ਦਿਓ? ਕਿਉਂਕਿ ਜਿਹੜੀ ਸਰਕਾਰ ਹੈ ਉਹ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੀ ਹੈ, ਜਿਹੜੀ ਸੂਬਾ ਸਰਕਾਰ ਹੈ ਪੰਜਾਬ ਦੀ। ਰੋਲ ਰਹੇ ਨੇ ਮਸਲੇ ਨੂੰ, ਰੋਲ ਜੀ ਇੱਕ ਦੂਜੇ 'ਤੇ ਦੋਸ਼ ਲਾ ਦੇ। 1984 ਦੇ ਦੰਗਿਆਂ ਦੇ ਦੋਸ਼ੀ ਕੌਣ ਨੇ? ਇਹ ਦੂਜਾ ਦੂਜੇ ਨੂੰ ਦੋਸ਼ ਧਰਾਉਂਦਾ, ਦੂਜਾ ਦੂਜੇ ਨੂੰ ਧਰਾਉਂਦਾ, ਉਸੇ ਤਰ੍ਹਾਂ ਦਾ ਪ੍ਰੋਸੈਸ ਇਹ ਹੈ। ਇਹ ਨੌਜਵਾਨ ਦਾ ਕਤਲ ਹੋਇਆ ਕਿਹੜੀ ਧਰਤੀ 'ਤੇ ਹੋਇਆ ਤਾਂ ਤੁਸੀਂ ਪੜਤਾਲ ਕਰੋ, ਤੁਹਾਡੇ ਕੋਲ ਹੈਗੇ ਨੇ ਸੋਰਸ, ਇਹ ਧਰਤੀ ਕਿਹਦੀ ਇਹੋ ਜਿਹੇ ਸੋਰਸ ਵੀ ਨੇ? ਤਾਂ ਘੰਟ ਇਹ ਤਾਂ ਬੜੇ ਚਿਰ ਦੀ ਗੱਲ ਨਹੀਂ, 2-4 ਘੰਟਿਆਂ ਦੇ ਵਿੱਚ ਹੀ ਪੜਤਾਲ ਕੀਤੀ ਜਾ ਸਕਦੀ ਹੈ ਜੇ ਕਰਾਉਣਾ ਚਾਹੁਣ ਤਾਂ। ਇਹਨੂੰ ਹਰਿਆਣਾ ਕਹਿੰਦਾ ਵੀ ਪੰਜਾਬ ਦੀ ਧਰਤੀ 'ਤੇ ਹੋਇਆ, ਪੰਜਾਬ ਕਹਿੰਦਾ ਵੀ ਹਰਿਆਣੇ ਦੀ ਧਰਤੀ 'ਤੇ ਹੋਇਆ, ਜਾਂ ਹਰਿਆਣਾ ਕਹਿੰਦਾ ਵੀ ਪੰਜਾਬ ਦੀ ਧਰਤੀ 'ਤੇ ਹੋਇਆ, ਅਸਾਂ ਹਰਿਆਣੇ ਦੀ ਧਰਤੀ 'ਤੇ ਹੋਇਆ, ਹਰਿਆਣਾ ਕਹਿੰਦਾ ਵੀ ਤੁਸੀਂ ਪੰਜਾਬ ਦੀ ਧਰਤੀ ਆ ਕੇ ਕਤਲ ਕੀਤਾ। ਯਾਨੀ ਇਹਨੂੰ ਰੋਲਣ ਦੀ ਖਾਤਰ ਦੋਏ ਸਰਕਾਰਾਂ ਨੂੰ ਜੇ ਕੁਛ ਹੱਲ ਕੱਢਣਾ ਹੋਵੇ ਤਾਂ ਕੱਢ ਸਕਦੀਆਂ ਨੇ, ਪਰ ਇਹ ਰੋਲਦੇ ਨੇ ਜਾਣ ਕੇ। ਇਹ ਐਂ ਵੀ ਇਹ ਨਿਰਾਸ਼ ਹੋਣ, ਇਹਨਾਂ ਦੇ ਘਰ ਦੇ ਕਹਿਣ ਵੀ ਅਸੀਂ ਸਾਡੇ ਮੁੰਡੇ ਦੀ ਕਿਸੇ ਲਾਸ਼ ਰੋਲ ਦਿਓ, ਉਹਦਾ ਸੰਸਕਾਰ ਕਰ ਦੇਣ, ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਟਾਲਣ ਵਾਸਤੇ ਇਹ ਸਾਰਾ ਤਰੀਕਾ ਅਪਣਾਇਆ ਜਾ ਰਿਹਾ। ਰਾਜ ਸਾਹਿਬ ਜਿਹੜੀ ਇੱਕ ਜਿਹੜਾ ਬੜਾ ਦਿਮਾਗ ਦੇ ਵਿੱਚ ਇੱਕ ਸਵਾਲ ਘੁੰਮ ਰਿਹਾ, ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਾਡੀ ਜਿਹੜੀ ਹੱਦਬੰਦੀ ਆ ਉਹ ਇੱਕ ਸੈਲਰ ਪੈਂਦਾ ਕਿ ਉੱਥੇ ਤੱਕ ਹੈ, ਪਰ ਉਸ ਤੋਂ ਉਸੇ ਦਿਨ 21 ਤਰੀਕ ਨੂੰ 1000 ਬੰਦਾ ਪੰਜਾਬ ਪੁਲਿਸ ਦਾ ਤਕਰੀਬਨ ਕਿਸਾਨਾਂ ਦੇ ਜਿਹੜੇ ਬਾਰਡਰ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਦੋਏ ਸੂਬਿਆਂ ਦੇ ਬਾਰਡਰ 'ਤੇ ਬੋਰਡ ਲੱਗੇ ਹੋਏ ਆ ਇੱਕ ਸਵਾਗਤ ਕਰਦਾ ਦਾ ਜੀ ਆਇਆਂ ਨੂੰ, ਉਹਦੇ ਸੈਂਟਰ ਦੇ ਵਿੱਚ ਇੱਕ ਕੱਟ ਹੈਗਾ, ਉਹਦੇ ਬਰਾਬਰ ਪੰਜਾਬ ਪੁਲਿਸ ਖੜ੍ਹੀ ਹੈ, ਪਰ ਹੁਣ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਇਹ ਕਹਿ ਰਹੀ ਹੈ ਕਿ ਸਾਡੀ ਜਿਹੜੀ ਹੱਦ ਹੈ ਉਹ ਇਸ ਸੈਲਰ ਤੱਕ ਹੈ, ਜੇਕਰ ਹੱਦ ਸੈਲਰ ਤੱਕ ਸੀ ਤਾਂ ਪੰਜਾਬ ਪੁਲਿਸ ਅੱਗੇ ਕਿਵੇਂ ਵੱਗ ਗਈ? ਕਿਉਂ ਨਹੀਂ ਜਦੋਂ ਕਿਸਾਨਾਂ ਦੇ ਟਰੈਕਟਰ ਜਿਹੜੇ ਭੰਨੇ ਗਏ ਨੇ ਇੱਧਰ ਆ ਕੇ ਉੱਧਰਲੇ ਜਿਹੜੇ ਸ਼ਰਾਰਤੀ ਅੰਸਰਾਂ ਵੱਲੋਂ ਪੈਰਾਮਿਲਟਰੀ ਫੋਰਸ ਵੱਲੋਂ, ਉਸ ਟਾਈਮ ਕਿਉਂ ਨਹੀਂ ਮਤਲਬ ਕਿ ਨੁਕਸਾਨ ਤੋਂ ਬਚਾ ਸਕੇ? ਦੇਖੋ ਇਹ ਪੋਲੀਟੀਕਲ ਮਸਲੇ ਨੂੰ ਪੋਲੀਟੀਕਲ ਗੱਲਾਂ ਨਾਲ ਜਾਇਆ ਜਾ ਰਿਹਾ। ਸਾਡੇ ਤਾਂ ਫੁੱਟੇ ਨੇ ਟਰੈਕਟਰ, ਸਾਨੂੰ ਨਹੀਂ ਪਤਾ ਕਾਲੇ ਚੋਰ ਨੇ ਭੰਨੇ ਨੇ ਕੌਣ ਦੋਸ਼ੀ ਹੈ। ਇਹ ਉਹਨਾਂ ਦੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਜੱਜ ਬੈਠੇ ਨੇ, ਉਹ ਕਰਨ ਦੀ ਪੜਤਾਲ, ਜਿਹੜਾ ਨੁਕਸਾਨ ਹੋਇਆ ਤਾਂ ਮਾਮਜਾ ਦੇਣ, ਇਹ ਰਾਜਰੌਲਾ ਆਪਦਾ ਨਿਬੇੜਨ ਕਿਵੇਂ ਮਰਜ਼ੀ ਨਿਬੇੜਨ। ਸਾਡਾ ਤਾਂ ਬੰਦਾ ਸ਼ਹੀਦ ਹੋ ਗਿਆ, ਸਾਡੇ ਟਰੈਕਟਰਾਂ ਦਾ ਨੁਕਸਾਨ ਹੋ ਗਿਆ, ਸਾਡੇ ਬੰਦਿਆਂ 'ਤੇ ਤੁਸੀਂ ਅਟੈਕ ਕੀਤਾ, ਇਹਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ, ਉਹਨਾਂ ਦੇ ਨੁਕਸਾਨ ਹੋਏ ਦਾ ਮਾਮਜਾ ਭਰਨਾ, ਇਹ ਸਰਕਾਰ ਦੀ ਪੜਤਾਲ ਕਰਕੇ ਕੌਣ ਦੋਸ਼ੀ ਹੈ ਉਹਨੂੰ ਸਜ਼ਾ ਦੇਵੇ, ਸਾਨੂੰ ਨਹੀਂ ਪਤਾ ਵੀ ਕਿਹਦੀ ਧਰਤੀ ਆ ਕਿਹਦੀ ਨਹੀਂ।